ਅਸਲਾਮੁਅਲੈਕਮ ਜੀ ਕੀ ਹਾਲ ਨੇ ਸਾਰੇ ਬ੍ਰਾਦਰਾਂ ਦਾ ਠੀਕ ਹੋ ਤੇ ਅੱਜ ਤੁਹਾਨੂੰ ਮੈਂ ਦੱਸਣਾ ਚਾਹਨਾ ਕਿ WhatsApp ਤੇ ਨਵੀਂ ਅਪਡੇਟ ਆਈ ਹੈ ਕ੍ਰੀਏਟ ਚੈਨਲ ਉਹ ਤੁਸੀਂ ਕ੍ਰੀਏਟ ਚੈਨਲ ਕਿਵੇਂ मतलब ਚੈਨਲ ਬਣਾਣਾ ਹੈ ਇਹ ਮੇਰੀ ਪੂਰੀ ਵੀਡੀਓ ਵੇਖੋ ਤੇ ਆਪਾਂ ਤੁਹਾਨੂੰ ਚੈਨਲ ਕ੍ਰੀਏਟ ਕਰਨ ਦਾ ਸਭ ਤੋਂ ਆਸਾਨ ਤਰੀਕਾ ਤੇ ਇਹਦੀ ਡਿਟੇਲ ਕੰਪਲੀਟ ਦਿੰਨੇ ਹਾਂ ਸਭ ਤੋਂ ਪਹਿਲੇ ਤੁਸੀਂ WhatsApp ਓਨ ਕਰਨੀ ਹੈ ਉਨ ਕਰਦੇ ਤੇ ਸਟੇਟਸ ਜਾਣਾ ਹੈ ਅਗਰ ਜਿੱਥੇ ਪਹਿਲੇ ਸਟੇਟਸ ਲਿਖਾ ਹੁੰਦਾ ਸੀ ਉਹ ਤੇ ਸਟੇਟਸ ਜਗ੍ਹਾ ਤੇ ਅਪਡੇਟ ਹੋਵੇ ਸੋ ਮੇ ਲੋਡ ਆਡੀ WhatsApp ਅਪਡੇਟ ਹੋ ਚੁੱਕੀ ਹੈ ਅਗਰ ਨਹੀਂ ਹੋਈ ਤਾਂ ਤੁਸੀਂ ਜਾਓ Play Store ਤੇ Play Store ਤੋਂ WhatsApp ਸਰਚ ਕਰੋ ਉੱਥੇ ਆਵੇ ਦਾ WhatsApp ਨਾਲ ਅਪਡੇਟ WhatsApp ਅਪਡੇਟ ਕਰੋ WhatsApp ਅਪਡੇਟ ਕਰਨ ਤੋਂ ਬਾਅਦ WhatsApp ਤੇ ਡਾਇਰੈਕਟ ਜਾਣਾ ਹੈ WhatsApp ਜਾਣਾ ਥੱਲੇ ਕਲਿੱਕ ਕਰਨਾ ਹੈ ਉੱਥੇ ਚੈਨਲ ਆ ਜਾਵਨ ਦੇ ਚੈਨਲ ਜਿਓ ਨਿਊਜ਼ ਆ ਜਾਸੀ Air Bhai ਆ ਜਾਸੀ ਡਿਜੀਟਲ ਉਥੇ ਇੱਕ ਛੋਟਾ ਜਿਹਾ ਪਲੱਸ ਦਾ ਨਿਸ਼ਾਨ ਹੋਵੇ ਦਾ ਬਿਲਕੁਲ ਨਿਸ਼ਾਨ ਸਾਈਡ ਤੇ ਉਥੇ ਕਲਿੱਕ ਕਰਨਾ ਉਥੇ ਆਇਆ ਸੀ ਫਾਈਂਡ ਚੈਨਲ ਫਾਈਂਡ ਚੈਨਲ ਫਾਈਂਡ ਚੈਨਲ ਤੇ ਤੁਸੀਂ ਬਿਲਕੁਲ ਕਲਿੱਕ ਨਹੀਂ ਕਰਨਾ ਉੱਤੇ ਆਸੀ ਕ੍ਰੀਏਟ ਚੈਨਲ ਅਗਰ ਉਹ ਨਾ ਜਾਵੇ ਤੇ ਫਿਰ ਹੈਲਪ ਸੈਂਟਰ ਵਿੱਚ ਜਾਓ ਹੈਲਪ ਸੈਂਟਰ ਵਿੱਚ ਜਾ ਤੇ ਫਿਰ ਉਥੇ ਕ੍ਰੀਏਟ ਹਾਊ ਮੈਨੀ ਕ੍ਰੀਏਟ ਚੈਨਲ ਆਪਸ਼ਨ ਆਵੇ ਦਾ ਉਹਨ ਕਲਿੱਕ ਕਰੋ ਉਥੇ ਪੂਰੀ ਡਿਟੇਲ ਦਨ ਦਿੱਤੀ ਹੋਵੇ ਦੀ ਉਹ ਕ੍ਰੀਏਟ ਚੈਨਲ ਕਰੋ ਦੇ ਹੋਣ ਇਹਨਾਂ ਦੇ ਦਨ ਮੈਂ ਡਿਟੇਲ ਦੇ ਦਿਨਾ ਵੀ ਇਹ ਕਿਸ ਤਰ੍ਹਾਂ ਤੁਸੀਂ ਇਹਨੂੰ ਚਲਾ ਸਕਦੇ ਹੋ ਇੰਦਾ ਸਭ ਤੋਂ ਸਾਨ ਤਰੀਕਾ ਇਹ ਹੈ ਕਿ ਜਿਵੇਂ ਤੁਸੀਂ ਚੈਨਲ ਦੂਸਰੇ ਓਪਨ ਕਰੋ ਤੇ ਉਹਨਾਂ ਦੇ ਜਿਵੇਂ ਆਪਾਂ WhatsApp ਗਰੁੱਪ ਵਿੱਚ ਕੋਈ ਵੀਡੀਓ ਸ਼ੇਅਰ ਕਰਨੇ ਆ ਉਸ ਤਰੀਕੇ ਆਵੇ ਦੀਆਂ ਵੀਡੀਓ ਉਹ ਵੇਖੋ ਦੇ ਤੇ ਉਹ ਬਿਲਕੁਲ ਸੇਮ ਹੋਵੇਦਾ। ਉਵੇਂ ਦਾੜਾ ਚਲੇ ਚੈਨਲ ਬਣੇਦਾ ਤੁਸੀਂ ਜਿਵੇਂ WhatsApp ਗਰੁੱਪ 'ਚ ਵੀਡੀਓ ਸੈਂਡ ਕਰਦੇ ਜੇ ਬਤੌਰ ਐਡਮਿਨ ਹੋ ਕੇ ਇਸ ਤਰ੍ਹਾਂ ਹੀ ਬਿਲਕੁਲ ਤੁਸੀਂ WhatsApp ਤੇ ਆਪਦੀਆਂ ਜਾਂ ਕਿਸੇ ਬਾਰੇ ਇਨਫੋਰਮੇਸ਼ਨ ਦੇ ਬਾਰੇ ਤੁਸੀਂ ਵੀਡੀਓ ਪੋਸਟ ਕਰੋ ਤੇ ਜਿੰਨੇ ਦਨ ਲਾਈਕਸ ਕਮੈਂਟਸ ਜਾਂ ਜੋ ਵੀ ਆਵੇਗਾ ਤੇ ਉਹ ਨਿਦਾਨ ਨੂੰ ਡਾਲਰ ਮਿਲਣ ਦੇ ਆਊਟ ਆਫ ਕੰਟਰੀ ਵਿੱਚੋਂ ਇਹ ਇਹ ਤੁਹਾਨੂੰ ਇੱਕ ਹੋਰ ਮਜ਼ੀਦ ਆਪਸ਼ਨ ਦੇ ਦਿੰਨੇ ਆਂ ਵੀ ਇਹ ਜ ਵਟਸਐਪ ਤੇ ਬਿਲਕੁਲ ਨਵੀਂ ਅਪਡੇਟ ਆਈ ਹੈ ਅਜੇ ਤੱਕ ਤੇ ਇਹ ਵਟਸਐਪ ਚੈਨਲ ਬਿਲਕੁਲ ਅਜੇ ਨਵਾਂ ਹੀ ਅਪਡੇਟ ਆਈ ਹੈ ਬਿਲਕੁਲ ਥੋੜੇ ਦਿਨ ਹੋਏ ਨੇ ਇਹ ਤੁਸੀਂ ਜਲਦੀ ਜਲਦੀ ਅਪਡੇਟ ਕਰ ਲਓ ਤੇ ਇਹਨਾਂ ਨਾਲ ਜਿਵੇਂ ਜਿਵੇਂ ਮਜ਼ੀਦ ਪੋਸਟ ਕਰ ਦਿਓ ਕੋਈ ਸਟੇਟਸ ਪੋਸਟ ਕਰ ਦਿਓ ਆਪਦਾ ਸਟੇਟਸ ਪੋਸਟ ਕਰ ਦਿਓ ਵਗੈਰਾ ਵਗੈਰਾ ਕਰ ਦਿਓ ਤੇ ਇਹਦੇ ਤੁਹਾਨੂੰ ਬਿਲਕੁਲ ਤਾਜ਼ਾ ਤਾਜ਼ਾ ਹੀ ਅਗਰ ਮੋਨਟਾਈਜ਼ ਅਕਾਊਂਟ ਤੁਹਾਡਾ ਹੁਣੇ ਹੀ ਹੋ ਸਕਦਾ ਹੈ ਅਗਰ ਤੁਸੀਂ ਕਰਦੇ ਇਹ ਮਹੀਨੇ ਬਾਅਦ 15 ਦਿਨਾਂ ਬਾਅਦ ਫਿਰ ਉਹਨਾਂ ਦੋਨੋਂ ਆਪਸ਼ਨ ਦੇ ਦੇਣਾ ਵੀ ਇਹਨੇ ਫਾਲੋਅਰ ਕਰੋ ਫਿਰ ਤੁਹਾਡਾ ਇਹ ਚੈਨਲ ਮੋਨਟਾਈਜ਼ ਹੋਵੇਦਾ ਉਹਨਾਂ ਵਾਸਤੇ ਬੈਸਟ ਏ ਕਿ ਤੁਸੀਂ ਹੁਣੇ ਨਾਲ ਪੋਸਟ ਕਰਨੀ ਸ਼ੁਰੂ ਕਰ ਦਿਓ ਅਗ ਜਿਹੜਾ ਤੁਹਾਡਾ ਨਾਮ ਲਿਖਾ ਹੋਇਆ ਹੈ YouTube ਤੇ ਚੈਨਲ ਬਣਾ ਹੋਇਆ ਉਹ ਨਾਮ ਲਿਖ ਦਿਓ Facebook ਆਈਡੀ ਹੈ ਉਹ ਨਾਮ ਲਿਖ ਦਿਓ ਵਿੱਚ ਬਾਇਓ ਦੇ ਦਿਓ ਤੁਸੀਂ WhatsApp ਤੇ ਜਿਹੜਾ ਲਿਖਾ ਹੋਇਆ ਅਬਾਊਟ ਵਿੱਚ ਉਹ ਦੇ ਦਿਓ ਤੇ ਥੋੜੀ ਜਿਹੀ ਫਿਰ ਇਨਫੋਰਮੇਸ਼ਨ ਦੇ ਦੇਣੀ ਮੈਂ ਇਸ ਮੁਤਲਕ ਵੀਡੀਓ ਪੋਸਟ ਕਰਨੀ ਨੇ ਨਾਮ ਇੱਕ ਵਾਰੀ ਲਿਖ ਲਿਆ ਤੇ ਬਾਰ ਬਾਰ ਚੇਂਜ ਨਹੀਂ ਕਰਨਾ ਉਦੋਂ ਚੇਂਜ ਕਰਨਾ ਜਦੋਂ ਤੁਹਾਡੇ 2k 1k 3k ਫਾਲੋਅਰ ਹੋ ਚੋ ਜਾਣ ਫਿਰ ਤੁਸੀਂ ਨਾਮ ਚੇਂਜ ਕਰ ਸਕਦੇ ਜੇ ਫਿਰ ਉਦੋਂ ਮੈਂ ਤਾਂ ਕਹਿਣਾ ਉਦੋਂ ਵੀ ਤੁਸੀਂ ਨਹੀਂ ਨਾਮ ਚੇਂਜ ਕਰਨਾ ਨਾਮ ਤਾਂ ਬਿਲਕੁਲ ਚੇਂਜ ਨਹੀਂ ਕਰਨਾ ਬੈਕਗ੍ਰਾਉਂਡ ਜਿਹੜੀ ਪਿਕਚਰ ਹੈਗੀ ਉਹ ਵੀ ਨਹੀਂ ਚੇਂਜ ਕਰਨੀ ਕੋਈ ਕੁਝ ਵੀ ਨਹੀਂ ਕਰਨਾ ਇੱਕਰੀ ਚੈਨਲ ਬਣਾ ਲਿਆ ਫਿਰ ਦੁਬਾਰਾ ਉਹਦੀ ਕੋਈ ਐਡੀਟਿੰਗ ਨਹੀਂ ਕਰਨੀ ਠੀਕ ਹੈ ਵੀਡੀਓ ਲੈਵਲ ਦੀ ਵੀਡੀਓ ਪੋਸਟ ਕਰੋ ਫਨੀ ਹੈ ਮੈਂ ਖੱጫ ਮਾਰੀ ਜਾਓ ਦਾੜੀ ਹਰ ਵੀਡੀਓ ਇਨਸ਼ਾਅੱਲਾ ਵਾਇਰਲ ਹੋ ਉਸਦੀ ਮੇਰੀਆਂ ਵੀ ਹੋ ਰਹੀਆਂ ਨੇ ਮੇਰਾ ਅਜੇ ਉਹਨਾਂ ਪਲੱਸ ਅਲਾਉ অপਸ਼ਨ ਨਹੀਂ ਦਿੱਤਾ ਮਤਲਬ ਉਹ ਬਲੂ ਟਿਕ ਨਹੀਂ ਦਿੱਤੀ ਹਾਂ ਇੱਕ ਹੋਰ অপਸ਼ਨ ਹੈ ਵੀ ਅਗਰ ਤੁਹਾਡੇ ਵਟਸਐਪ ਤੇ ਸਟੇਟਸ view ਥੋੜੇ ਨੇ ਜਾਂ ਤੁਹਾਡੇ ਕੋਲ ਕੰਟੈਂਟ ਕੱਟ ਥੋੜੇ ਨੇ ਉਹਦਾ ਕੋਈ ਇਤਰਾਜ਼ ਨਹੀਂ ਦਾ ਜਿਵੇਂ ਦੇ ਵੀ ਤੁਹਾਡੇ ਕੋਲ ਇੱਕ ਵੀਊ ਹੈ WhatsApp ਤੇ ਹੈ ਨਹੀਂ ਨਹੀਂ ਦੇ ਫਿਰ ਵੀ ਤੁਸੀਂ ਉਹ ਕ੍ਰੀਏਟ ਚੈਨਲ ਕਰ ਸਕਦੇ ਹੋ ਉਹਦੇ ਵਾਸਤੇ ਦੋਨੋਂ ਹੈਲਪ ਸੈਂਟਰ ਵਿੱਚ ਜਾ ਤੇ तमाम ਇਨਫੋਰਮੇਸ਼ਨ ਪੜ੍ਹਨੀ ਪਵੇਦੀ ਫਿਰ ਮੋੜ ਕੇ ਤੁਹਾਡਾ ਚੈਨਲ ਅਪਡੇਟ ਹੋਦਰ ਮੈਂ ਇੱਕ YouTube ਤੇ ਵੀਡੀਓ ਪੋਸਟ ਕੀਤੀ ਹੈ ਸ਼ੋਰਟ ਤੇ ਜਾ ਤੇ ਵੇਖ ਲਓ ਤੁਸੀਂ ਦੂਸਰੀ ਤੀਸਰੀ ਵੀਡੀਓ ਵੇਦੀ ਬੜੀ ਮਾਸ਼ਾਅੱਲਾ ਲੈਵਲ ਤੇ ਵਾਇਰਲ ਹੋਈ ਹੈ ਉਹ ਵੀਡੀਓ ਦੇ ਵਿੱਚ ਦਾਨੂ ਬਾਇ ਡਿਟੇਲ ਹਰ ਚੀਜ਼ ਇਨਫੋਰਮੇਸ਼ਨ ਉਹਨਦੇ ਵਿੱਚ ਤੁਹਾਨੂੰ ਪੂਰੀ ਡਿਟੇਲ ਮਿਲ ਜੈਸੀ ਦੀ ਉਹ ਸ਼ਾਰਟ ਵੀਡੀਓ ਵਿੱਚ ਮੇਰੀ ਤੇ ਅਗਰ ਤੁਹਾਨੂੰ ਇਹ ਬਿਹਤਰੀਨ ਮਤਲਬ ਕੇ ਅੰਦਰ ਜੀ ਚੈਨਲ ਚੱਲੇ WhatsApp ਦਾ WhatsApp ਦਾ ਤਾਂ ਆਮ ਲੋਕਲ ਲੋਕਾਂ ਕੋਲ ਪੈਕੇਜ ਹੁੰਦਾ ਹੀ ਹੈ ਇਹਦੇ ਵਾਸਤੇ ਕੋਈ ਇੰਟਰਨੈਟ ਰੈਂਪਿੰਗ ਨਹੀਂ ਚਾਹੀਦੀ ਕੋਈ ਕੁਝ ਨਹੀਂ ਬੰਦਾ ਖਾਸ ਪੈਕੇਜ ਨਾਲ ਲਵਾਵੇ ਮੰਥਲੀ ਪੈਕੇਟ ਵਾਲੇ 280 85 ਚ ਲੱਗੇ ਦਾ ਬਿਹਤਰੀਨ ਨਾਲ ਐਂਟਰਟੇਨਮੈਂਟ ਐਂਟਰਟੇਨਮੈਂਟ ਨਾਲ ਉਹ ਤੁਹਾਨੂੰ ਡਾਲਰ ਵੀ ਮਿਲ ਜਾਵਣਗੇ ਠੀਕ ਹੈ ਇਹ ਇੱਕ ਬੜਾ ਨਾਲ ਅਹਿਮ ਤੁਹਾਨੂੰ ਨ ਮੌਕਾ ਦਿੱਤਾ ਹੈ ਵੀ ਟਾਈਮ ਨਾ ਲੈਂਦੇ ਤੇ ਜਿੰਨੇ ਜਲਦੀ ਹੋਵੇ ਉਨੀ ਜਲਦੀ ਹੀ ਅਪਡੇਟ ਕਰੋ ਚੈਨਲ ਕ੍ਰੀਏਟ ਕਰੋ ਇਨਸ਼ਾਅੱਲਾ ਤੁਹਾਡਾ ਅਕਾਊਂਟ ਮੋਨਟਾਈਜ਼ ਹੋ ਜਾਵੇਗਾ ਇਹ ਗੂਗਲ ਆਪਣਾ YouTube ਦਾ ਅਕਾਊਂਟ ਵੀ ਪਹਿਲੇ ਐਵੇਂ ਆਇਆ ਸੀ ਕੁਝ ਲੋਕਾਂ ਨੇ ਅਪਡੇਟ ਕਰ ਲਿਆ ਤੇ ਕੁਝ ਲੋਕਾਂ ਨੇ ਨਹੀਂ ਕੀਤਾ ਤੇ ਫਿਰ ਉਹਨਾਂ ਦੀ ਹੁਣ ਮੋਨਟਾਈਜ਼ ਦਾ ਇੱਕ ਲਿਮਟ ਹੁੰਦੀ ਵੀ 100 ਮਿਲੀਅਨ ਵੀਊ ਹੋਣਾ ਚਾਹੀਦਾ ਹੈ ਹਜ਼ਾਰ ਕੇ ਸਬਸਕ੍ਰਾਈਬਰ ਹੋਣਾ ਚਾਹੀਦਾ ਤੇ ਟਾਈਮ ਵਾਚ 4000 ਘੰਟਾ ਬਹੁਤ ਜ਼ਿਆਦਾ ਬਹੁਤ ਮੁਸ਼ਕਲ ਹੁੰਦਾ ਹੈ ਠੀਕ ਹੈ ਨਾ ਤੇ ਹੁਣ ਉਹ ਬਿਲਕੁਲ ਨਾ ਇੱਕ ਕੰਪੀਟੀਸ਼ਨ ਹੁੰਦਾ ਹੈ ਉਹਦੇ ਚ ਵੀ ਇੰਨਾ ਸਾਡਾ ਤੁਸੀਂ ਪੂਰਾ ਕਰੋ ਫਿਰ ਤੁਹਾਨੂੰ ਅਰਨਿੰਗ ਹੋਵੇ ਦੀ ਇੰਦੇ ਚ ਫਿਲਹਾਲ ਕੁਝ ਵੀ ਕੋ ਨਹੀਂ ਜਿੰਨੀ ਜਲਦੀ ਹੁੰਦੈ ਨੇ ਜਿੰਨੀ ਜਲਦੀ ਹੁੰਦੈ ਨੇ WhatsApp ਅਪਡੇਟ ਕਰੋ ਤੇ ਡਾਲਰ ਛਾਪੋ ਬਿਹਤਰੀਨ ਕਮਾਈ ਹੈ ਲੈਵਲ ਦੀ ਤੁਹਾਨੂੰ ਮੈਂ 2-3 ਵੀਡੀਓ ਪੋਸਟ ਕੀਤੀਆਂ ਨੇ ਤਕਰੀਬਨ 7-8 ਡਾਲਰ ਆਏ ਨੇ ਹਾਲਾਂਕਿ ਮੈਂ WhatsApp ਤੇ InShot ਐਪ ਤੋਂ ਐਡੀਟਿੰਗ ਕੀਤਾ ਨੇ ਸਨ ਸਟੇਟਸ ਆਪਣੇ ਪਿੰਡ ਦੇ ਬਾਰੇ ਅਟੈਕ ਚਲਾ ਰਿਹਾ ਸੀ ਉਹਦੇ ਬਾਰੇ ਤੇ ਉਹ ਮੇਰੇ ਸਟੇਟਸ ਤਕਰੀਬਨ 2000 ਬੰਦਿਆਂ ਨੇ ਵੇਖੇ ਨੇ ਤੇ 1500 ਬੰਦੇ ਨੇ ਅਜੇ ਲਾਈਕ ਕਮੈਂਟ ਜੋ ਵੀ ਕੀਤਾ ਹੈ ਤੇ ਉਹਨਾਂ ਦੇ ਤੇ 7 ਡਾਲਰ ਆ ਚੁੱਕੇ ਨੇ ਜਿੰਨੀ ਜਲਦੀ ਹੁੰਦੇ ਜਉਨੀ ਜਲਦੀ ਹੀ ਅਪਡੇਟ ਕਰੋ ਇਹ ਬਹੁਤ ਜ਼ਿਆਦਾ ਮੌਕੇ ਤੇ ਫਾਇਦੇਮੰਦ ਹੁੰਨਾ ਅਪਡੇਟ ਦਿਤੀ ਹੈ ਟਾਈਮ ਨਾਲ 1 ਮਿੰਟ ਦਾ ਮੈਂ ਨਾ ਟਾਈਮ ਮਾਰਦਾ ਤੁਸੀਂ ਅਗਰ ਕੋ ਮੈਂ ਪੈਕਲਵਾ ਲਮ ਇਹ ਕਰ ਲਮ ਉਹ ਕਰ ਲਮ ਇੱਕ ਰਿਪੋਰਟ ਸਪੋਟ ਫਾਟ ਦਿ ਕਰੋ ਤਾਂ ਸਹੀ ਇਹ ਬੜਾ ਲੈਵਲ ਦੋਨਾਂ ਬੰਦੇ ਨੂੰ ਦਿੱਤਾ ਹੈ ਅਪਡੇਟ ਠੀਕ ਹੈ ਪਿਛਲੀ ਗੱਲ ਰਹਾ ਕਿ ਆ ਮੇਰੀ ਵੀਡੀਓ ਕੋਈ ਦੇਖਤੇ ਐਵੇਂ ਗੱਲਾਂ ਬੁਲੰਕਰ ਦੇ ਨਹੀਂ ਇਹ ਵੋ ਖਾਸ ਕਰ ਮੇਰੇ ਰਿਸ਼ਤੇਦਾਰ ਮੈਨੂੰ ਕਿਸ ਬੰਦੇ ਗੱਲ ਕਰਤੀ ਨਾ چیر ਫਾੜ ਦੇਣੀ ਮੈਨੂੰ ਸਮਝ ਲਗੀ ਚੂਤੀਏ ਚੈਨਲ ਸਬਸਕ੍ਰਾਈਬ ਕਰਦੇ ਵੇ ਲਾਈਕ ਕਮੈਂਟ ਜ਼ਰੂਰ ਕਰਨਾ ਮੇਹਰਬਾਨੀ ਪੂਰੀ ਵੀਡੀਓ ਵੇਖਣ ਵਾਸਤੇ